पिछले दिन एक विवाद छिड़िया जस जसबीर जस्सी होरां दे वल्लों जिहड़े कलाकार ने उन्होंने एक स्टेटमेंट दी कि मैं साधां दे डेरियां ते नहीं गाउंदा जिथे सुलफे चलते हैं जां इहो जिहा कुछ हुंदा है। तुहानूं इह बयान किवें लगदा? मैं देखांगा उन्हूं समझावांगा कि पुत इह सोच के बोलिया करो। ਕਬਰਾਂ ਵਾਲੇ ਬਿਆਨ ਕਰਕੇ ਚਰਚਾ ਚ ਆਏ ਪੰਜਾਬੀ ਗਾਇਕ ਜਸਵੀਰ ਜੱਸੀ ਨੂੰ ਹੰਸਰਾਜ ਹੰਸ ਨੇ ਜਗਬਾਣੀ ਨੂੰ ਦਿੱਤੇ ਖਾਸ ਇੰਟਰਵਿਊ ਦੌਰਾਨ ਇੱਕ ਸਲਾਹ ਦਿੱਤੀ ਸੀ। ਉਹਨਾਂ ਨੇ ਕਿਹਾ ਸੀ ਕਿ ਤੁਸੀਂ ਆਪਣੇ ਕੰਮ ਨਾਲ ਕੰਮ ਰੱਖੋ, ਨਾਲੇ ਤੁਹਾਨੂੰ ਡੇਰਿਆਂ ਤੇ ਬੁਲਾਉਂਦਾ ਕੌਣ ਹੈ? ਮੈਂ ਦੇਖਾਂਗਾ ਉਹਨੂੰ ਸਮਝਾਵਾਂਗਾ ਕਿ ਪੁੱਤ ਇਹ ਸੋਚ ਕੇ ਬੋਲਿਆ ਕਰੋ। ਜੇ ਤੁਹਾਨੂੰ ਕੋਈ ਲਿਜਾਵੇ ਦਰਗਾਹਾਂ ਵਾਲਾ ਵੀ ਉੱਥੇ ਗਾ ਤੇ ਤੁਸੀਂ ਜ਼ਰੂਰ ਕਹੋ ਮੈਂ ਨਹੀਂ ਗਾਉਂਦਾ। ਜਦ ਕਿਸੇ ਨੇ ਬੁਲਾਇਆ ਹੀ ਨਹੀਂ ਅਜੇ ਤੱਕ ਪੁੱਤ, ਤਾਂ ਆਪੇ ਘਰ ਬੈਠੇ ਕਹੋ ਕਿ ਉਹ ਵੱਡੇ ਘਰਾਂ 'ਚ ਵਿਆਹ ਹੋ ਰਿਹਾ, ਮੈਂ ਨਹੀਂ ਉੱਥੇ ਜਾਣਾ। ਤੂੰ ਉਹਨਾਂ ਨੇ ਤਾਂ ਬੁਲਾਇਆ ਹੀ ਨਹੀਂ ਤੁਹਾਨੂੰ। ਉਹ ਕਹਿੰਦੇ ਮੈਂ ਤੈਅ ਕੀਤਾ ਮੈਂ ਤਾਂ ਗਾਉਣਾ ਹੀ ਨਹੀਂ। ਤੂੰ ਘਰ ਬੈਠੇ ਮੈਂ ਵੀ ਤੈਅ ਕਰ ਸਕਦਾ ਜਦ ਬੁਲਾਉਂਦਾ ਹੀ ਕੋਈ ਨਹੀਂ। ਜਗਬਾਣੀ ਦੇ ਚੱਲਦੇ ਇਸ ਇੰਟਰਵਿਊ ਦੌਰਾਨ ਜਸਵੀਰ ਜੱਸੀ ਨੇ ਹੁਣ ਹੰਸਰਾਜ ਹੰਸ ਨੂੰ ਕਮੈਂਟ ਕਰਕੇ ਆਪਣਾ ਜਵਾਬ ਦਿੱਤਾ ਹੈ। ਉਹਨਾਂ ਲਿਖਿਆ ਕਿ ਹੰਸਰਾਜ ਹੰਸ ਭਾਅ ਜੀ ਤਾਂ ਕੁਦਰਤ ਵੱਲੋਂ ਨਵਾਜੇ ਹੋਏ ਬਹੁਤ ਵੱਡੇ ਫਨਕਾਰ ਨੇ। ਭਾਅ ਜੀ ਨੇ ਸਿਆਸਤ 'ਚ ਆ ਕੇ ਆਪਣਾ ਅਤੇ ਸੰਗੀਤ ਦੀ ਦੁਨੀਆ ਦਾ ਬਹੁਤ ਵੱਡਾ ਨੁਕਸਾਨ ਕੀਤਾ। ਭਾਅ ਜੀ ਨੂੰ ਸਿਰਫ ਲੋਕਾਂ ਨੂੰ ਗਾਉਣਾ ਸਿਖਾਉਣਾ ਚਾਹੀਦਾ। ਇਸ ਪੂਰੇ ਮਾਮਲੇ 'ਤੇ ਤੁਹਾਡੀ ਕੀ ਰਾਏ ਹੈ ਆਪਣਾ ਕਮੈਂਟ ਕਰਕੇ ਜ਼ਰੂਰ ਦੱਸਿਓ। ਪਿਛਲੇ ਦਿਨ ਇੱਕ ਵਿਵਾਦ ਛਿੜਿਆ ਜਸਵੀਰ ਜੱਸੀ ਹੋਰਾਂ ਦੇ ਵੱਲੋਂ ਜਿਹੜੇ ਕਲਾਕਾਰ ਨੇ ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਕਿ ਮੈਂ ਸਾਧਾਂ ਦੇ ਡੇਰਿਆਂ 'ਤੇ ਨਹੀਂ ਗਾਉਂਦਾ ਜਿੱਥੇ ਸੁਲਫੇ ਚੱਲਦੇ ਆ ਜਾਂ ਇਹੋ ਜਿਹਾ ਕੁਛ ਹੁੰਦਾ। ਤੁਹਾਨੂੰ ਇਹ ਬਿਆਨ ਕਿਵੇਂ ਲੱਗਦਾ? ਮੈਂ ਦੇਖਾਂਗਾ ਉਹਨੂੰ ਸਮਝਾਵਾਂਗਾ ਕਿ ਪੁੱਤ ਇਹ ਸੋਚ ਕੇ ਬੋਲਿਆ ਕਰੋ। ਕਬਰਾਂ ਵਾਲੇ ਬਿਆਨ ਕਰਕੇ ਚਰਚਾ 'ਚ ਆਏ ਪੰਜਾਬੀ ਗਾਇਕ ਜਸਵੀਰ ਜੱਸੀ ਨੂੰ ਹੰਸਰਾਜ ਹੰਸ ਨੇ ਜਗਬਾਣੀ ਨੂੰ ਦਿੱਤੇ ਖਾਸ ਇੰਟਰਵਿਊ ਦੌਰਾਨ ਇੱਕ ਸਲਾਹ ਦਿੱਤੀ ਸੀ। ਉਹਨਾਂ ਨੇ ਕਿਹਾ ਸੀ ਕਿ ਤੁਸੀਂ ਆਪਣੇ ਕੰਮ ਨਾਲ ਕੰਮ ਰੱਖੋ, ਨਾਲੇ ਤੁਹਾਨੂੰ ਡੇਰਿਆਂ 'ਤੇ ਬੁਲਾਉਂਦਾ ਕੌਣ ਹੈ? ਮੈਂ ਦੇਖਾਂਗਾ ਉਹਨੂੰ ਸਮਝਾਵਾਂਗਾ ਕਿ ਪੁੱਤ ਇਹ ਸੋਚ ਕੇ ਬੋਲਿਆ ਕਰੋ। ਜੇ ਤੁਹਾਨੂੰ ਕੋਈ ਲਿਜਾਵੇ ਦਰਗਾਹਾਂ ਵਾਲਾ ਵੀ ਉੱਥੇ ਗਾ ਤਾਂ ਤੁਸੀਂ ਜ਼ਰੂਰ ਕਹੋ ਮੈਂ ਨਹੀਂ ਗਾਉਂਦਾ। ਜਦ ਕਿਸੇ ਨੇ ਬੁਲਾਇਆ ਹੀ ਨਹੀਂ ਅਜੇ ਤੱਕ ਪੁੱਤ, ਤਾਂ ਆਪੇ ਘਰ ਬੈਠੇ ਕਹੋ ਕਿ ਉਹ ਵੱਡੇ ਘਰਾਂ 'ਚ ਵਿਆਹ ਹੋ ਰਿਹਾ, ਮੈਂ ਨਹੀਂ ਉੱਥੇ ਜਾਣਾ। ਤੂੰ ਉਹਨਾਂ ਨੇ ਤਾਂ ਬੁਲਾਇਆ ਹੀ ਨਹੀਂ ਤੁਹਾਨੂੰ। ਉਹ ਕਹਿੰਦੇ ਮੈਂ ਤੈਅ ਕੀਤਾ ਮੈਂ ਤਾਂ ਗਾਉਣਾ ਹੀ ਨਹੀਂ। ਤੂੰ ਘਰ ਬੈਠੇ ਮੈਂ ਵੀ ਤੈਅ ਕਰ ਸਕਦਾ ਜਦ ਬੁਲਾਉਂਦਾ ਹੀ ਕੋਈ ਨਹੀਂ। ਜਗਬਾਣੀ ਦੇ ਚੱਲਦੇ ਇਸ ਇੰਟਰਵਿਊ ਦੌਰਾਨ ਜਸਵੀਰ ਜੱਸੀ ਨੇ ਹੁਣ ਹੰਸਰਾਜ ਹੰਸ ਨੂੰ ਕਮੈਂਟ ਕਰਕੇ ਆਪਣਾ ਜਵਾਬ ਦਿੱਤਾ ਹੈ। ਉਹਨਾਂ ਲਿਖਿਆ ਕਿ ਹੰਸਰਾਜ ਹੰਸ ਭਾਅ ਜੀ ਤਾਂ ਕੁਦਰਤ ਵੱਲੋਂ ਨਵਾਜੇ ਹੋਏ ਬਹੁਤ ਵੱਡੇ ਫਨਕਾਰ ਨੇ। ਭਾਅ ਜੀ ਨੇ ਸਿਆਸਤ 'ਚ ਆ ਕੇ ਆਪਣਾ ਅਤੇ ਸੰਗੀਤ ਦੀ ਦੁਨੀਆ ਦਾ ਬਹੁਤ ਵੱਡਾ ਨੁਕਸਾਨ ਕੀਤਾ। ਭਾਅ ਜੀ ਨੂੰ ਸਿਰਫ ਲੋਕਾਂ ਨੂੰ ਗਾਉਣਾ ਸਿਖਾਉਣਾ ਚਾਹੀਦਾ। ਇਸ ਪੂਰੇ ਮਾਮਲੇ 'ਤੇ ਤੁਹਾਡੀ ਕੀ ਰਾਏ ਹੈ ਆਪਣਾ ਕਮੈਂਟ ਕਰਕੇ ਜ਼ਰੂਰ ਦੱਸਿਓ।